ਤੇ ਉਧਰ ਭਾਰਤ 19 ਦਸੰਬਰ ਨੂੰ ਆਪਣਾ ਨਵਾਂ ਸੰਚਾਰ ਉਪਗ੍ਰਹਿ GST 7A ਦਾਗੇਗਾ। ਭਾਰਤੀ ਪੁਲਾੜ ਖੋਜ ਸੰਗਠਨ ਯਾਨੀ ਕਿ ਇਸਰੋ ਨੇ ਬੁੱਧਵਾਰ ਨੂੰ ਦੱਸਿਆ ਕਿ ਇਸ ਉਪਗ੍ਰਹਿ ਨੂੰ GSLV-F11 ਰਾਹੀਂ ਸ੍ਰੀ ਹਰੀਕੋਟਾ ਦੇ ਸਤੀਸ਼ ਪਵਨ ਪੁਲਾੜ ਕੇਂਦਰ ਤੋਂ ਦਾਗਿਆ ਜਾਵੇਗਾ। ਇਸ ਦਾ ਭਾਰ 2250 ਕਿਲੋ ਅਤੇ ਇਸ ਨੂੰ ਇਸਰੋ ਨੇ ਹੀ ਤਿਆਰ ਕੀਤਾ। ਇਸ ਦੀ ਉਮਰ 8 ਸਾਲ ਹੈ।